इंडोस टीवी देख रहे सारे दर्शकों का बहुत बहुत स्वागत प्रोग्राम साढ़े पेशवा दे विच। असी इस प्रोग्राम दे विच गल करते हाँ महान शख्सों के बारे जिन्हां ने कि समाज नूं सुचारू रूप दे विच चलाउण दे विच अपनी अहम भूमिका दित्ती। अरदास दा सिख धर्म दे विच बहुत महत्वपूर्ण स्थान है, इसकी अपनी महानता है। इसे अरदास की महानता नूं कायम रखण दे वास्ते इस शख्स ने अपनी जान तक वार दित्ती। अज असी गल करांगे अरदास की महानता कायम रखण वाले शहीद दर्शन सिंह फेरू मान जी हुणां दे जीवन दे बारे। दर्शन सिंह फेरू मान जी हुणा दा जन्म 1 अगस्त 1885 ईस्वी नूं पिंड फेरू मान जिला अमृतसर दे विच होया। उहनां जी दी माता जी दा नाम राज कौर ते पिता जी दा नाम चंदा सिंह सी। मैट्रिक दी प्रीख्या पास करन तों बाद उहनां ने आर्मी ज्वाइन कर ली ते ब्रिटिश आर्मी दे विच इक चपाई दे तौर दे उत्ते भूमिका निभाउणी शुरू कर दित्ती। 1914 दे विच उहनां ने आर्मी नूं छड्ड दित्ता ते अपना इक कंस्ट्रक्शन दा बिजनेस हिसार दे विच शुरू कर लिया। ਇਹ ਕੰਸਟਰਕਸ਼ਨ ਦਾ ਬਿਜ਼ਨਸ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ, ਪਰ ਇੱਕ ਦਿਨ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਵੰਗਾਰਿਆ ਕਿ ਕਿਉਂਕਿ ਉਹ ਬਹੁਤ ਇੱਕ ਧਾਰਮਿਕ ਔਰਤ ਸਨ ਅਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ। ਮਾਤਾ ਜੀ ਦੀ ਵੰਗਾਰ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ, ਗੁਰਦੁਆਰਾ ਰਿਫੋਰਮ ਮੂਵਮੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨੂੰ ਜੁਆਇਨ ਕਰ ਲਿਆ ਅਤੇ ਉਸ ਤੋਂ ਬਾਅਦ ਗੁਰਦੁਆਰਿਆਂ ਦੇ ਸੁਧਾਰ ਦੇ ਲਈ ਮੋਰਚਿਆਂ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। 1921 ਦੇ ਵਿੱਚ ਉਹਨਾਂ ਦੀ ਪਹਿਲੀ ਗ੍ਰਿਫਤਾਰੀ ਹੋਈ, ਕਿਉਂਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿਸ ਦੀਆਂ ਚਾਬੀਆਂ ਉਸ ਵੇਲੇ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਕੋਲ ਹੁੰਦੀਆਂ ਸਨ, ਇਸ ਨੂੰ ਚਾਬੀਆਂ ਦਾ ਮੋਰਚਾ ਵੀ ਕਿਹਾ ਜਾਂਦਾ। ਉਸ ਦੇ ਵਿੱਚ ਇਹਨਾਂ ਨੇ ਭਾਗ ਲਿਆ ਅਤੇ ਇਹਨਾਂ ਨੂੰ 1 ਸਾਲ ਤੱਕ ਜੇਲ੍ਹ ਦੇ ਵਿੱਚ ਰੱਖਿਆ ਗਿਆ। ਜੈਤੋਂ ਦਾ ਮੋਰਚਾ 1924 ਦੇ ਵਿੱਚ ਉਹਨਾਂ ਨੇ ਜੈਤੋਂ ਦੇ ਮੋਰਚਾ ਦੇ ਵਿੱਚ ਵੀ ਭਾਗ ਲੈਣਾ ਸ਼ੁਰੂ ਕੀਤਾ। ਇਸ ਮੋਰਚੇ ਦੇ ਵਿੱਚ 16 ਜਥੇ ਗਏ ਅਤੇ 14ਵੇਂ ਜਥੇ ਦੀ ਅਗਵਾਈ ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਹੁਣਾਂ ਨੇ ਕੀਤੀ। ਜੈਥੋਂ ਦੇ ਮੋਰਚੇ ਦੇ ਦੌਰਾਨ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 10 ਮਹੀਨੇ ਦੀ ਸਜ਼ਾ ਦਿੱਤੀ ਗਈ। ਗੁਰਦੁਆਰਾ ਸੁਧਾਰ ਲਹਿਰ 1925 ਈਸਵੀ ਦੇ ਵਿੱਚ ਇਹ ਲਹਿਰ ਖਤਮ ਹੋਈ ਜਦੋਂ ਗੁਰਦੁਆਰਾ ਐਕਟ 1925 ਹੋਣ ਦੇ ਵਿੱਚ ਆਇਆ। ਇਸ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਲਹਿਰ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। 1926 ਈਸਵੀ ਦੇ ਵਿੱਚ ਉਹਨਾਂ ਨੇ ਨਾ ਮਿਲਵਰਤਨ ਲਹਿਰ ਦੇ ਵਿੱਚ ਭਾਗ ਲਿਆ ਅਤੇ ਇਸੇ ਲਹਿਰ ਦੇ ਵਿੱਚ ਹਿੱਸਾ ਲੈਣ ਕਰਕੇ ਉਹਨਾਂ ਨੂੰ 14 ਮਹੀਨਿਆਂ ਦੀ ਕੈਦ ਹੋਈ। 1956 ਈਸਵੀ ਦੇ ਵਿੱਚ ਉਹ ਮਲਾਇਆ ਦੇ ਵਿੱਚ ਗਏ, ਪਰ ਜਦੋਂ ਮਲਾਇਆ ਪਹੁੰਚੇ ਤਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਅਤੇ ਰਿਕਾਰਡ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪਰ ਜੇਲ੍ਹ ਦੇ ਵਿੱਚ ਉਹਨਾਂ ਨੂੰ 5 ਕਕਾਰ ਪਹਿਨਣ ਦੀ ਆਗਿਆ ਨਹੀਂ ਦਿੱਤੀ ਗਈ। ਇੱਕ ਸਿੱਖ ਦੇ ਲਈ 5 ਕਕਾਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ 5 ਕਕਾਰਾਂ ਨੂੰ ਪਹਿਨਣ ਦੀ ਆਗਿਆ ਲੈਣ ਦੇ ਲਈ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਭੁੱਖ ਹੜਤਾਲ ਕਰ ਦਿੱਤੀ। ਇਹ ਹੜਤਾਲ 3 ਹਫ਼ਤੇ ਤੱਕ ਚੱਲੀ ਜਦੋਂ ਤੱਕ ਕਿ ਉਹਨਾਂ ਨੂੰ 5 ਕਕਾਰ ਪਹਿਨਣ ਦੀ ਆਗਿਆ ਨਹੀਂ ਮਿਲ ਗਈ। ਜਦੋਂ ਮਲਾਇਆ ਤੋਂ ਵਾਪਸ ਆਏ ਤਾਂ ਉਹਨਾਂ ਨੇ ਸਿਵਲ ਨਾਫਰਮਾਨੀ ਲਹਿਰ ਦੇ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਭਾਰਤ ਛੱਡੋ ਅੰਦੋਲਨ ਉਹਨਾਂ ਨੇ ਅਕਾਲੀ ਦਲ ਦੇ ਵੱਲੋਂ ਭਾਗ ਲਿਆ। SGPC ਦੇ ਲਗਾਤਾਰ ਬਹੁਤ ਸਾਲਾਂ ਤੱਕ ਉਹ ਮੈਂਬਰ ਰਹੇ, ਈਵਨ ਕਿ 2 ਵਾਰ ਉਹ SGPC ਦੇ ਜਨਰਲ ਸੈਕਟਰੀ ਵੀ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵੱਲੋਂ ਉਹਨਾਂ ਨੂੰ ਐਜ਼ ਏ ਨੋਮੀਨੀ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਉਹ ਰਾਜ ਸਭਾ ਦੇ 1964 ਈਸਵੀ ਤੱਕ ਮੈਂਬਰ ਰਹੇ, ਪਰ 1959 ਈਸਵੀ ਦੇ ਵਿੱਚ ਕੁਛ ਮਤਭੇਦਾਂ ਦੇ ਚੱਲਦੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਅਤੇ ਆਪਣੀ ਨਵੀਂ ਪਾਰਟੀ ਸੁਤੰਤਰਤਾ ਪਾਰਟੀ ਬਣਾਈ। ਸੰਨ 1966 ਜਦੋਂ ਪੰਜਾਬ ਦੀ ਵੰਡ ਹੋਈ ਅਤੇ ਨਾਲ ਹੀ 2 ਸੂਬੇ ਨਵੇਂ ਹੋਣ ਦੇ ਵਿੱਚ ਆਏ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼। ਪਰ ਇਹਨਾਂ ਸੂਬਿਆਂ ਦੇ ਹੋਣ ਦੇ ਆਉਣ ਦੇ ਬਾਅਦ ਕੁਛ ਕਸ਼ਮਕਸ਼ ਚੱਲ ਪਈ, ਕਿਉਂਕਿ ਪੰਜਾਬੀ ਬੋਲਦੇ ਇਲਾਕੇ ਇਹਨਾਂ ਸੂਬਿਆਂ ਦੇ ਵਿੱਚ ਚਲੇ ਗਏ ਸਨ। ਈਵਨ ਕਿ ਚੰਡੀਗੜ੍ਹ, ਜਿਹੜਾ ਕਿ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ, ਉਸ ਨੂੰ ਵੀ ਹਰਿਆਣਾ ਅਤੇ ਪੰਜਾਬ ਦੇ ਨਾਲ ਸਾਂਝੀ ਰੱਖ ਲਿਆ ਗਿਆ। ਪੰਜਾਬ ਦੇ ਬਹੁਤ ਸਾਰੇ ਲੀਡਰ, ਖਾਸ ਤੌਰ 'ਤੇ ਅਕਾਲੀ ਦਲ ਦੇ ਲੀਡਰ, ਉਹਨਾਂ ਦੀ ਇਹ ਮੁੱਖ ਤੌਰ ਦੇ ਉੱਤੇ ਮੰਗ ਰਹੀ ਕਿ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਵਾਪਸ ਪੰਜਾਬ ਨੂੰ ਵਾਪਸ ਕੀਤਾ ਜਾਵੇ।
इस दे लई उन्होंने काफ़ी बार मंगा सेंटर सरकार दे कोल रखियां। 17 दसंबर 1966 ईस्वी नूं संत फतेह सिंह जिहड़े कि अकाली दल दे सिर कढ़वे लीडर सन, उन्होंने अकाल तख्त दे उत्ते अरदास करके ये ऐलान कर दिता कि जे पंजाबी बोलते इलाके अते चंडीगढ़ वापस पंजाब नूं ना दिते गए तो वह सड़ के अपनी जान दे देंगे। इस दे लई स्पैशल अकाल तख्त दे उत्ते एक हवन कुंड भी बनाया गया। पर 27 दसंबर 1966 नूं संत फतेह सिंह हुणा ने इंदिरा गांधी के द्वारा विश्वास दवाए जाने तो बाद अपना ये आत्म बलिदान का नैने खत्म कर दिता। इंदिरा गांधी ने उन्होंने विश्वास दवाया जिड़ी कि उस वेले प्रधानमंत्री सी कि असी थोड़िया मंगा मन लवेंगे तो छेती तो छेती पूरी करांगे। अगस्त 1969 तक कोई भी मंगा के उत्ते कार्रवाई ना हो पाई। उस तो बाद शहीद दर्शन सिंह फेरू मान हुणा ने संत फतेह सिंह हुणा नूं एक खुली चिट्ठी लिखी। इस दे विच उन्होंने कहा कि तुसां ने अरदास कीती सी अकाल तख्त साहब दे उत्ते, पर उस अरदास तो बाद कोई भी कार्रवाई सेंटर सरकार दे वलों नहीं कीती गई। इस चिट्ठी दे विच उन्होंने कहा कि जेकर ये मंगा नहीं मनिया जांदियां तां मैं आत्म बलिदान दे लई तैयार हाँ अते उदों तक कुछ नहीं खावांगा जदों तक कि पंजाबी बोलदे इलाके अते चंडीगढ़ पंजाब नूं वापस नहीं मिल जांदे, अते उन्होंने मन वरत रखण की घोषणा कर दित्ती। 12 अगस्त 1969 नूं अकाली दल दे सांझे फ्रंट की सरकार दे द्वारा उन्होंने गिरफ़्तार कर लिया गया। 15 अगस्त 1969 नूं उन्होंने जेल दे विच ही मन वरत रख लिया। 27 अगस्त 1969 नूं उन्होंने हस्पताल दे विच दाखिल करवाया गया क्योंकि उन्हां दी हालत बहुत नाजुक बन चुकी सी, पर उन्होंने हस्पताल दे विच भी किसी तरह की भी फीडिंग लैण तों इनकार कर दिता। वह अपने बचनां दे उत्ते दृढ़ निश्चय दे नाल रुके रहे, भावें कि बहुत सारिया कोशिशां जां वादे उन्हां दे नाल कीते गए, पर उन्होंने हमेशा ही अरदास की महत्ता नूं अरदास की महानता नूं अपने तो किते उपर रखिया। अते आखिर इसे भुख हड़ताल दे जां मरण वरत दे 74वें दिन 27 अक्तूबर नूं वो इस दुनिया तो कूच कर गए, इस दुनिया नूं छड्ड गए। उन्होंने अपनी वसीयत दे विच अकाली आगूआं दे उत्ते बहुत गंभीर दोष लाए। एक तरह के नाल शहीद दर्शन सिंह फेरू मान हुणा ने अपनी शहीदी दे नाल अरदास की महानता अते अपने बचना की परिपक्वता एक बारी फिर सिख इतिहास के विच दर्ज करवा दित्ती अते उन्हां दी शहीदी सिख पंथ के विच सदा सिरमौर रही। उन्हां दी याद के विच शहीद दर्शन सिंह फेरू मान कॉलेज फॉर वोमेन 1974 के विच बनाया गया। शहीद दर्शन सिंह फेरू मान मेमोरियल स्कूल 1981 ईस्वी के बनाया गया। ईवन के पिंड ढोलेवाल के उन्होंने नाँ के उत्ते गुरद्वारा साहिब का नाँ भी रख्या गया। इंडस्ट्री भी शहीद दर्शन सिंह फेरू मान हुणा नूं सलाम करता है।